ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਦਮਸ਼ਰੀ ਰਾਗੀ ਭਾਈ ਨਰਮਲ ਸਿੰਘ ਜੀ ਖਾਲਸਾ ਜੋ ਤਨ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਵਿੱਤਰ ਸਥਾਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰitsar ਸਾਹਿਬ ਕੇ ਹਜ਼ੂਰੀ ਰਾਗੀ ਦੀ ਸੇਵਾ ਨਿਭਾਉਂਦੇ ਸਨ ਪਿਛਲੇ ਦਿਨੀ 2 April 2020 ਨੂੰ ਅਕਾਲ ਚਲਾਣਾ ਕਰ ਗਏ ਸਨ ਆਓ ਉਹਨਾਂ ਦੀਆਂ ਸੇਵਾਵਾਂ ਦੇ ਬਾਬਤ ਵਿਚਾਰ ਕਰਨ ਦਾ ਯਤਨ ਕਰੀਏ ਭਾਈ ਨਰਮਲ ਸਿੰਘ ਜੀ ਦੇ ਆਪਣੇ ਕਥਨ ਅਨੁਸਾਰ ਉਨ੍ਹਾਂ ਦਾ ਜਨਮ ਰੰਗਰੇਟੇ ਸਿੱਖਾਂ ਦੇ ਵਿੱਚ ਹੋਇਆ ਘਰ ਵਿੱਚ ਗਰੀਬੀ ਹੋਣ ਦੇ ਕਾਰਨ ਉਹ دنیਿਆਵੀ ਵਿਦਿਆ ਕੇਵਲ 5th ਗ੍ਰੇਡ ਤੱਕ 5ਵੀਂ ਜਮਾਤ ਤੱਕ ਹੀ ਹਾਸਲ ਕਰ ਸਕੇ ਸਮਾਯਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾਂਦੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਸਾਹਿਬ ਵਿਖੇ ਦਾਖਲਾ ਲੈ ਕੇ ਉਹਨਾਂ ਨੇ تعلیم ਹਾਸਲ ਕੀਤੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਰਪਾ ਹੋਈ ਭਾਈ ਨਰਮਲ ਸਿੰਘ ਜੀ ਹੁਣਾ ਵੱਲੋਂ ਕੀਤੀ ਹੋਈ ਮਿਹਨਤ ਦਾ ਫਲ ਉਹਨਾਂ ਨੂੰ ਪ੍ਰਾਪਤ ਹੋਇਆ ਬਾਣੀ ਦਾ ਫਰਮਾਨ ਹੈ ਫਲ ਪਾਇਆ ਜਬ ਸਤਿਗੁਰ ਮੰਤਾ ਗੁਰੂ ਸਾਹਿਬ ਦੀ ਬਾਣੀ ਦਾ ਕੀਰਤਨ ਕਰਨ ਵਾਲੇ ਹਰ ਪ੍ਰਕਾਰ ਦਾ ਫਲ ਦਾਤ ਹਾਸਲ ਕਰ ਲੈਂਦੇ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਕਰਿ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਹਜ਼ੂਰੀ ਰਾਗੀ ਦੀ ਉਹਨਾਂ ਨੂੰ ਸੇਵਾ ਪ੍ਰਾਪਤ ਹੋਈ ਬਾਣੀ ਦਾ ਫਰਮਾਨ ਹੈ ਜਾਂ ਕਹਿ ਮਸਤਕ ਭਾਗ ਸੇ ਸੇਵਾ ਲਾਇਆ ਚੰਗੇ ਕਰਮ ਹੋਣ ਤ ਗੁਰੂ ਪਾਤਸ਼ਾਹ ਦੇ ਦਰ ਉਪਰ ਸੇਵਾ ਹਾਸਲ ਹੁੰਦੀ ਹੈ ਸੇਵਾ ਕਰਦੇ ਕਰਦੇ ਸੁਰਾਂ ਦੇ ਬਾਦਸ਼ਾਹ ਹੋ ਨਿਬੜੇ ਨਿਰਧਾਰਿਤ ਰਾਗਾਂ ਦੇ ਵਿੱਚ ਕੀਰਤਨ ਕਰਨ ਵਾਲੇ ਉਹ ਮਹਾਨ ਕੀਰਤਨੀਏ ਅਖਵਾਏ ਔਰ ਸੰਗੀਤ ਦੀ ਦੁਨੀਆ ਦੇ ਬੜੇ ਬੜੇ ਧੁਰੰਦਰ ਉਹਨਾਂ ਦੇ ਕਾਇਲ ਸਨ ਇੱਕ ਵਾਰ ਸ਼ਾਸਤਰੀ ਸੰਗੀਤ ਦੇ ਮਹਾਨ ਵਿਦਵਾਨ ਪੰਡਤ ਰਵੀ ਸ਼ੰਕਰ ਜੀ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਲਈ ਆਏ ਮੱਥਾ ਟੇਕਣ ਉਪਰੰਤ ਰਾਗੀ ਸਿੰਘ ਉਹਨਾਂ ਨੂੰ ਸਰਾਂ ਦੇ ਕਮਰੇ ਵਿੱਚ ਲੈ ਗਏ ਔਰ ਬੇਨਤੀ ਕੀਤੀ ਕਿ ਸ਼ਾਸਤਰੀ ਸੰਗੀਤ ਦੇ ਵਿੱਚੋਂ ਕੁਝ ਸੁਣਾਓ ਤਾਂ ਪੰਡਿਤ ਜੀ ਨੇ ਸ਼ਾਸਤਰੀ ਸੰਗੀਤ ਦੇ ਵਿੱਚੋਂ ਕੁਝ ਰਾਗ ਗਾ ਕੇ ਸੁਣਾਏ ਰਾਗੀ ਸਿੰਘਾਂ ਨੇ ਬਹੁਤ ਪਸੰਦ ਕੀਤੀ ਉਪਰੰਤ ਰਵੀ ਸ਼ੰਕਰ ਜੀ ਆਖਣ ਲੱਗੇ ਹਮਨੇ ਸੁਣਾ ਹੈ ਕਿ ਸਰਸਵਤੀ ਮਾਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨੋਂ ਵਿੱਚ ਰਹਤੀ ਹੈ ਤੋ ਆਪ ਵੀ ਉਹਨਕੇ ਘਰ ਕੇ ਕੁਝ ਬੋਲ ਗਾ ਕੇ ਸੁਣਾਇ ਗੁਰਬਾਣੀ ਦਾ ਵੀ ਇਹੀ ਫਰਮਾਨ ਹੈ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਸਭ ਦੇਵੀ ਦੇਵਤੇ ਗੁਪਤ ਰੂਪ ਵਿੱਚ ਹਾਜ਼ਰ ਰਹਿ ਕੇ ਸੇਵਾ ਕਰਦੇ ਨੇ ਜਾਂ ਕੀ ਸੇਵਾ ਸਿੱਧ ਸਾਧ ਮਨ ਜਨ ਸੁਰ ਨਰ ਜਾਚਾ ਹੈ ਸ਼ਬਦ ਸਾਰ ਏਕ ਲਿਵ ਲਾਈ ਹੈ ਕਿਉਂਕਿ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਪਰਮੇਸ਼ਰ ਦੇ ਸਰਗੁਣ ਸਰੂਪ ਹਨ ਤਨ ਤਨ ਰਾਮਦਾਸ ਗੁਰ ਜਿਨ ਸਿਰਿਆਤ ਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਤਾਰਿਆ ਦਸ ਨੋ ਡਿਫਰੈਂਸ ਬੀਟਵੀਨ ਦੈਟ ਸੁਪਰੀਮ ਲਾਰਡ ਐਂਡ ਗੁਰੂ ਰਾਮਦਾਸ ਸਿੰਘਾਂ ਨੇ ਪੰਡਿਤ ਰਵੀ ਸ਼ੰਕਰ ਜੀ ਦੇ ਕਹਿਣ ਤੇ ਰਾਗੀ ਭਾਈ ਨਰਮਲ ਸਿੰਘ ਜੀ ਹੁਣਾਂ ਨੂੰ ਬੇਨਤੀ ਕੀਤੀ ਰਾਗੀ ਜੀ ਨੇ ਗੁਰਮਤ ਸੰਗੀਤ ਅਨੁਸਾਰ ਗੁਰਬਾਣੀ ਦਾ ਕੀਰਤਨ ਸੁਣਾਇਆ ਜਿਸ ਨੂੰ ਸੁਣ ਕੇ ਪੰਡਿਤ ਜੀ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਨਿਕਲ ਆਏ ਚੁੱਪਚਾਪ ਉੱਠ ਕੇ ਚਲੇ ਗਏ ਅਤੇ ਸੂਚਨਾ ਕਰਦੀ ਡੈਰੀ ਦੇ ਵਿੱਚ ਇਹ ਲਿਖ ਕੇ ਗਏ ਮੈਨੇ ਜ਼ਿੰਦਗੀ ਭਰ ਕبھی ਚੋਰੀ ਨਹੀਂ ਕੀਤੀ ਲੇਕਿਨ आज दिल चाहता है कि श्री हरमंदिर साहिब के इस रागी को चुराकर ले जाऊं श्री गुरु रामदास महाराज जी की कृपा दे सदका रागी भाई निर्मल सिंह जी संगीत की दुनिया दे त्रू तारे हो निबड़े ओना नु इंडिया दे राष्ट्रपति ने पद्मश्री अवार्ड देके सम्मानित कीता रागी जी फिर भी हमेशा यही किया करते सन गुरु रामदास ते कर ਕੀਰਤਨ ਕਰਨ ਤੋਂ ਵੱਡਾ ਸਨਮਾਨ ਕਿਸੇ ਲਈ ਹੋਰ ਕੋਈ ਨਹੀਂ ਹੋ ਸਕਦਾ 1984 ਈਸਵੀ ਦੇ ਵਿੱਚ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਭਾਰਤ ਦੀ ਹਕੂਮਤ ਵੱਲੋਂ ਹਮਲਾ ਕੀਤਾ ਗਿਆ ਤਾਂ ਉਸ ਸਮੇਂ ਤਕਰੀਬਨ 9 ਘੰਟੇ ਲਗਾਤਾਰ ਰਾਗੀ ਭਾਈ ਨਰਮਲ ਸਿੰਘ ਜੀ ਹੁਣਾਂ ਨੇ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਗੁਰੂ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਕੀਰਤਨ ਕੀਤਾ ਇਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਹਿਮਤ ਹੀ ਸੀ ਕਿ ਪੰਜ ਜਮਾਤਾਂ ਪੜੇ ਰਾਗੀ ਭਾਈ ਨਰਮਲ ਸਿੰਘ ਜੀ ਦੇ ਅਗਾਹ 26 ਵਿਦਿਆਰਥੀ 뮤ਜ਼ਿਕ ਦੇ ਖੇਤਰ ਵਿੱਚ ਪੀ ਐਚ ਡੀ ਕਰ ਚੁੱਕੇ ਨੇ ਅਤੇ ਭਾਈ ਸਾਹਿਬ ਦੀਆਂ 뮤ਜ਼ਿਕ ਦੇ ਵਿਸ਼ੇ ਤੇ ਲਿਖੀਆਂ ਹੋਈਆਂ ਦੋ ਪੁਸਤਕਾਂ ਅੱਜ ਵੀ ਪਟਿਆਲਾ ਯੂਨੀਵਰਸਿਟੀ ਵਿਖੇ ਪੜਾਈਆਂ ਜਾਂਦੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਵੀ ਫਰਮਾਨ ਹੈ ਜਿਹੜਾ ਗੁਰੂ ਸਾਹਿਬ ਦੇ ਗੁਣ ਗਾਉਂਦਾ ਹੈ ਉਸ ਨੂੰ ਰਿੱਧੀਆਂ ਸਿੱਧੀਆਂ ਉਜ्वल ਬੁੱਧੀ ਗਿਆਨ ਹਾਸਲ ਹੋ ਜਾਂਦਾ ਹੈ ਉਸ ਦੀ ਦੁਨੀਆ ਦੇ ਵਿੱਚ ਵਡਿਆਈ ਹੁੰਦੀ ਹੈ ਜੋਹਰ ਬੁੱਧ ਰਿੱਧਿ ਸਿਧ ਚਾਹਤ ਗੁਰੂ ਗੁਰੂ ਗੁਰ ਕਰ ਮਨ ਮੇਰੇ 2 April 2020 ਨੂੰ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਨਰਮਲ ਸਿੰਘ ਜੀ ਇਸ ਫਾਨੀ ਸੰਸਾਰ ਨੂੰ ਸਦਾ ਲਈ ਵਿਦਾ ਕਹਿ ਗਏ ਇਸ ਖਬਰ ਨੇ ਸਮੁੱਚੇ ਸਿੱਖ ਜਗਤ ਨੂੰ ਗਮਗੀਨ ਕਰ ਦਿੱਤਾ ਬੜੀਆਂ ਅਫਵਾਹਾਂ ਫੈਲੀਆਂ ਕਿ ਅਜੋਕੇ ਸਮੇਂ ਦੇ ਵਿੱਚ ਚੱਲ ਰਹੀ ਮਹਾਮਾਰੀ ਕਰੋਨਾ ਵਾਇਰਸ ਉਹਨਾਂ ਦੀ ਮੌਤ ਦਾ ਕਾਰਨ ਬਣਿਆ ਪਰ ਇਸ ਵਿੱਚ ਕੋਈ ਸੱਚਾਈ ਨਹੀਂ ਹੈ ਉਨ੍ਹਾਂ ਦੀ ਮੌਤ ਦਾ ਕਾਰਨ ਇੰਡੀਆ ਦੇ ਵੱਡੇ ਅਖਬਾਰ ਇਕਨੋਮਿਕ ਟਾਈਮਜ਼ ਨੇ ਹਾਰਟ ਅਟੈਕ ਦੱਸਿਆ ਹੈ ਔਰ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਮਿਨਿਸਟਰ ਆਫ ਪੰਜਾਬ ਨੇ ਵੀ ਉਨ੍ਹਾਂ ਦੀ ਮੌਤ ਦਾ ਕਾਰਨ ਹਾਰਟ ਅਟੈਕ ਹੀ ਦੱਸਿਆ ਹੈ ਦੇਖੋ ਜਾਣਾ ਸਭ ਨੇ ਹੈ ਹਰ ਬੰਦੇ ਦਾ ਸਮਾਂ ਨਿਸ਼ਚਿਤ ਹੈ ਜਿੰਨੇ ਸਵਾਸ ਪ੍ਰਮਾਤਮਾ ਨੇ ਬਖਸ਼ੇ ਨੇ ਨਾ ਵੱਧ ਸਕਦਾ ਹੈ ਨਾ ਘਟ ਸਕਦਾ ਹੈ কারণ ਕੋਈ ਵੀ ਮੌਤ ਦਾ ਹੋ ਸਕਦਾ ਹੈ ਕਣ ਕਾਲੇ ਸਭ ਦਿਵਸ ਸਾਸ ਨਾ ਵਧਨ ਘਟਨ ਤਿਲਸਾਰ ਰਾਗੀ ਭਾਈ ਨਰਮਲ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਸਭ ਨੇ ਬਹੁਤ ਵੈਰਾਗ ਕੀਤਾ ਪਰ ਕੁਝ ਐਸੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਦੇ ਕਰਕੇ ਸਿੱਖ ਜਗਤ ਦੇ ਹਿਰਦੇ ਬਲੁੰਦਰੇ ਗਏ ਪਹਿਲੀ ਘਟਨਾ ਤੇ ਹੈ ਕਿ ਉਹਨਾਂ ਦੇ ਜਾਣ ਤੋਂ ਬਾਅਦ ਇੱਕ ਆਡੀਓ ਰਿਕਾਰਡਿੰਗ ਸਾਹਮਣੇ ਆਈ ਹੈ ਜੋ ਆਪ ਸੰਗਤ ਨੇ ਸੁਣੀ ਵੀ ਹੈ ਜਿੱਥੇ ਬੜੇ ਵੈਰਾਗ ਦੇ ਵਿੱਚ ਹਸਪੀਟਲ ਤੋਂ ਕਾਲ ਕਰਕੇ ਆਪਣੇ ਬੇਟੇ ਨੂੰ ਕਹਿ ਰਹੇ ਨੇ ਕਿ ਮੇਰਾ ਇਲਾਜ ਇੱਥੇ ਠੀਕ ਨਹੀਂ ਚੱਲ ਰਿਹਾ ਜੇ ਇਹੀ ਹਾਲਾਤ ਰਹੇ ਤਾਂ ਮੈਂ ਸੁਸਾਈਡ ਕਰ ਲਵਾਂਗਾ ਹੁਣ ਆਪ ਸੰਗਤਾਂ ਅੰਦਾਜ਼ਾ ਲਾ ਲਓ ਵੀ ਅਮਰਸਰ ਦੇ ਗਵਰਨਮੈਂਟ ਹਸਪੀਟਲ ਦੇ ਵਿੱਚ ਉਹਨਾਂ ਦੇ ਨਾਲ ਕੈਸਾ ਵਿਵਹਾਰ ਹੋਇਆ ਹੋਵੇਗਾ ਕਿ ਉਹਨਾਂ ਨੂੰ ਐਸੇ ਲਫ਼ਜ਼ ਕਹਿਣੇ ਪਏ ਸੋ ਸਰਕਾਰ ਨੂੰ ਇਸ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ ਕਿ ਗਵਰਨਮੈਂਟ ਹਸਪੀਟਲਸ ਦੇ ਵਿੱਚ ਸੁਧਾਰ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਇਨਸਾਨ ਨੂੰ ਇਸ ਤਰ੍ਹਾਂ ਦੀ ਦੁੱਖਾਂ ਲੱਦੀ ਸਥਿਤੀ ਦੇ ਵਿੱਚੋਂ ਨਾ ਗੁਜ਼ਰਨਾ ਪਵੇ ਇੱਕ ਹੋਰ ਘਟਨਾ 2 April 2020 ਨੂੰ ਵਾਪਰੀ ਹੈ ਜਿਸ ਕਰਕੇ ਸਮੁੱਚੀ ਮਨੁੱਖਤਾ ਨੂੰ ਸ਼ਰਮਸਾਰ ਹੋਣਾ ਪਿਆ ਹੈ ਰਾਗੀ ਭਾਈ ਨਰਮਲ ਸਿੰਘ ਜੀ ਸ੍ਰੀ ਅਮਰitsar ਸਾਹਿਬ ਦੇ ਸ਼ਹੀਦ ਊਧਮ ਸਿੰਘ ਨਗਰ ਵਿੱਚ ਰਹਿੰਦੇ ਸਨ ਹੁਣ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਅਕਾਲ ਚਲਾਣਾ ਕਰਨ ਤੋਂ ਬਾਅਦ ਉਹਨਾਂ ਦਾ ਸੰਸਕਾਰ ਉੱਥੇ ਹੀ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਂਦਾ ਹੁਣ ਅਗਰ ਪ੍ਰਸ਼ਾਸਨ ਕਹੇ ਕਿ ਉਸ ਇਲਾਕੇ ਵਿੱਚ ਇਕੱਠ ਬੜਾ ਹੋ ਜਾਣਾ ਸੀ ਤਾਂ ਇਹ ਗਲਤ ਬਿਆਨੀ ਹੈ ਜਿਹੜਾ ਪ੍ਰਸ਼ਾਸਨ ਡਾਂਗ ਦੇ ਜ਼ੋਰ ਦੇ ਨਾਲ ਕਰਫਿਊ ਲਾਗੂ ਕਰ ਸਕਦਾ ਹੈ ਉਹਦੇ ਲਈ ਇਕੱਠ ਨੂੰ ਰੋਕਣਾ ਕੋਈ ਵੱਡੀ ਗੱਲ ਨਹੀਂ ਜੇ ਪ੍ਰਸ਼ਾਸਨ ਕਹੇ ਕਿ ਲੋਕਾਂ ਨੇ ਕਰੋਨਾ ਵਾਇਰਸ ਦੀ افਵਾਹ ਕਰਕੇ ਉਸ ਇਲਾਕੇ ਦੇ ਸ਼ਮਸ਼ਾਨ ਘਾਟ ਵਿੱਚ ਸੰਸਕਾਰ ਨਹੀਂ ਕਰਨ ਦਿੱਤਾ ਤੇ ਇਹ ਵੀ ਪੱਖ ਉਹਨਾਂ ਦਾ ਠੀਕ ਨਹੀਂ ਕਿਉਂਕਿ ਸ਼ਹਿਰਾਂ ਦੇ ਵਿਚਲੇ ਜਿੰਨੇ ਵੀ ਸ਼ਮਸ਼ਾਨ ਘਾਟ ਨੇ ਉਹ ਮ्युनਿਸਪਲ ਕਾਰਪੋਰੇਸ਼ਨ ਦੇ ਪ੍ਰਸ਼ਾਸਨ ਦੇ ਅੰਡਰ ਨੇ ਉਹਨਾਂ ਨੂੰ ਸੰਸਕਾਰ ਕਰਨ ਲਈ ਕਿਸੇ ਕੋਲੋਂ ਪਰਮਿਸ਼ਨ ਲੈਣ ਦੀ ਕੋਈ ਜ਼ਰੂਰਤ ਨਹੀਂ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਰਾਗੀ ਭਾਈ ਨਰਮਲ ਸਿੰਘ ਦੀ ਦਾ ਸੰਸਕਾਰ ਉਹਨਾਂ ਦੇ ਇਲਾਕੇ ਵਿੱਚ ਅੰਮ੍ਰਿਤਸਰ ਸ਼ਹਿਰ ਵਿੱਚ ਨਾ ਹੋ ਸਕਿਆ ਫਿਰ ਪ੍ਰਸ਼ਾਸਨ ਨੇ ਫੈਸਲਾ ਲਿਆ ਕਿ ਸ਼ਹਿਰ ਤੋਂ ਬਾਹਰ ਪਿੰਡ ਵੇਰਕਾ ਵਿਖੇ ਉਹਨਾਂ ਦਾ ਸੰਸਕਾਰ ਕੀਤਾ ਜਾਵੇ ਉੱਥੇ ਵੀ ਕੁਝ ਲੋਕਾਂ ਨੇ ਮਨਾਹੀ ਕਰ ਦਿੱਤੀ ਅਤੇ ਸ਼ਮਸ਼ਾਨ ਘਾਟ ਨੂੰ ਜਿੰਦਰੇ ਤੱਕ ਉਹਨਾਂ ਨੇ ਲਾ ਦਿੱਤੇ ਔਰ ਉਹਨਾਂ ਦਾ ਕਥਨ ਇਹ ਸੀ ਕਿ ਰਾਗੀ ਜੀ ਕਰੋਨਾ ਵਾਇਰਸ ਦੇ ਨਾਲ ਅਫੈਕਟਡ ਹੋ ਕੇ ਮਰੇ ਨੇ ਅਗਰ ਇਹਨਾਂ ਦਾ ਸੰਸਕਾਰ ਇਸ ਨਗਰ ਦੇ ਵਿੱਚ ਹੁੰਦਾ ਹੈ ਤੇ ਜਿੱਧਰ ਨੂੰ ਧੂਆ ਜਾਵੇਗਾ ਸ਼ਾਇਦ ਹੋਰ ਲੋਕ ਵੀ ਇਹਦੇ ਨਾਲ ਇਨਫੈਕਟਡ ਹੋ ਜਾਣਗੇ ਉੱਥੇ ਪ੍ਰਸ਼ਾਸਨ ਅਤੇ ਡਾਕਟਰਸ ਜੋ ਮ੍ਰਿਤਕ ਦੇ ਦਾ ਸੰਸਕਾਰ ਕਰਨ ਲਈ ਨਾਲ ਸਨ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਪਿੰਡ 베ਰਕਾ ਦੇ ਵਿਰੋਧ ਕਰਨ ਵਾਲੇ ਲੋਕਾਂ ਦੇ ਜ਼ਿਹਨ ਵਿੱਚ ਬਿਠਾਉਂਦੇ ਕਿ ਕਰੋਨਾ ਵਾਇਰਸ ਦਾ ਬੈਕਟੀਰੀਆ ਮ੍ਰਿਤਕ ਦੇ ਕੋਲੋਂ ਨਹੀਂ ਫੈਲ ਸਕਦਾ ਕਿਉਂਕਿ ਮ੍ਰਿਤਕ ਪ੍ਰਾਣੀ ਸਵਾਸ ਨਹੀਂ ਲੈ ਸਕਦਾ ਸਾਹ ਨਹੀਂ ਲੈ ਸਕਦਾ ਬੁਰੀਦ ਨਹੀਂ ਕਰ ਸਕਦਾ ਔਰ ਵੈਸੇ ਵੀ ਸੰਸਕਾਰ ਦੇ ਸਮੇਂ ਅੱਗ ਦੀ ਜਿਹੜੀ ਤਪਸ਼ ਹੁੰਦੀ ਹੈ ਕਿਸੇ ਵੀ ਵਾਇਰਸ ਦਾ ਜਿਹੜਾ ਬੈਕਟੀਰੀਆ ਹੈ ਉਸ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ ਔਰ ਇੱਥੋਂ ਤੱਕ ਜਦੋਂ ਕਰੋਨਾ ਵਾਇਰਸ ਦੀ ਸੇਫਟੀ ਦੇ ਲਈ ਆਪਾਂ 마ਸਕ ਪਾਉਨੇ ਆ ਤਾਂ ਡਾਕਟਰ ਜਿਹੀ ਕਹਿੰਦੇ ਨੇ ਵੀ ਉਸ 마ਸਕ ਨੂੰ ਵਰਤ ਕੇ ਅਜਾਈਂ ਸੁੱਟਣ ਦੀ ਬਜਾਏ ਅੱਗ ਦੇ ਵਿੱਚ ਸੁੱਟੋ ਤਾਂ ਕਿ ਕਰੋਨਾ ਵਾਇਰਸ ਦਾ ਬੈਕਟੀਰੀਆ ਖਤਮ ਹੋ ਜਾਵੇ। ਵੈਸੇ ਵੀ ਉਸ ਸਮੇਂ ਡਾਕਟਰਸ 100% ਸ਼ੋਰ ਨਹੀਂ ਸੀ ਕਿ ਰਾਗੀਪਾਈ ਨਿਰਮਲ ਸਿੰਘ ਜੀ ਦੀ ਮੌਤ ਕਰੋਨਾ ਵਾਇਰਸ ਦੇ ਨਾਲ ਹੋਈ ਹੈ ਜਾਂ ਕਰੋਨਾ ਪੋਜ਼ੀਟਿਵ ਨੇ ਕਿਉਂਕਿ ਉਸ ਤੋਂ ਪਹਿਲਾਂ ਦੋ ਰਿਪੋਰਟਾਂ ਉਹਨਾਂ ਦੀਆਂ 네ਗੇਟਿਵ ਆਈਆਂ ਨੇ। ਤੀਸਰੀ ਰਿਪੋਰਟ ਜਿਹੜੀ ਪੋਜ਼ੀਟਿਵ ਆਈ ਹੈ ਉਹ ਵੀ ਮੀਡੀਆ ਦੇ ਸਾਹਮਣੇ ਪਰਿਵਾਰ ਦੇ ਸਾਹਮਣੇ ਡਾਕਟਰਾਂ ਨੇ ਹਜੇ ਤੱਕ ਜਨਤਕ ਨਹੀਂ ਕੀਤੀ। ਪਦਮ ਸ਼੍ਰੀ ਰਾਗੀ ਭਾਈ ਨਰਮਲ ਸਿੰਘ ਜੀ ਵਰਗੀ ਮਹਾਨ ਸ਼ਖਸੀਅਤ ਦੀ ਮ੍ਰਿਤਕ ਦੇਦ ਦਾ ਨਿਰਾਦਰ ਕਰਨ ਵਾਲੀਆਂ ਕਾਫੀ ਤਰ੍ਹਾਂ ਨੇ। ਪਹਿਲੀ ਤਰ ਤੇ ਸਿਹਤ ਵਿਭਾਗ ਅੰਮ੍ਰਿਤਸਰ ਜਿਨ੍ਹਾਂ ਨੇ ਇਲਾਜ ਦੇ ਵਿੱਚ ਕੁਤਾਹੀ ਕੀਤੀ ਹੈ। ਦੂਸਰੀ ਤਰ ਪ੍ਰਸ਼ਾਸਨ ਹੈ ਜਿਨ੍ਹਾਂ ਨੇ ਉਹਨਾਂ ਦੀ ਮ੍ਰਿਤਕ ਦੇਦ ਦਾ ਨਿਰਾਦਰ ਕੀਤਾ ਹੈ। ਪ੍ਰਸ਼ਾਸਨ ਨੂੰ ਚੰਗੀ ਤਰ੍ਹਾਂ ਇਲਮ ਸੀ ਕਿ ਰਾਸ਼ਟਰਪਤੀ ਵੱਲੋਂ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਹੋ ਚੁੱਕੇ ਨੇ ਰਾਗੀ ਜੀ। ਸੋ ਉਹਨਾਂ ਦਾ ਅੰਤਮ ਸੰਸਕਾਰ ਸਰਕਾਰੀ ਸਨਮਾਨਾਂ ਦੇ ਨਾਲ ਕਰਨ ਦਾ ਯਤਨ ਕਰਨਾ ਚਾਹੀਦਾ ਸੀ ਜੋ ਪ੍ਰਸ਼ਾਸਨ ਵੱਲੋਂ ਨਹੀਂ ਕੀਤਾ ਗਿਆ ਤੀਸਰਾ ਧਿਰ ਅਮਰੋਸਰ ਦੇ ਦੋ ਸ਼ਮਸ਼ਾਨ ਘਾਟਾਂ ਦੇ ਉਹ ਪ੍ਰਬੰਧਕ ਨੇ ਜਿਨ੍ਹਾਂ ਨੇ ਰਾਗੀ ਜੀ ਦਾ ਸੰਸਕਾਰ ਉੱਥੇ ਨਹੀਂ ਹੋਣ ਦਿੱਤਾ ਚੌਥੀ ਧਿਰ ਪਿੰਡ ਵੇਰਕਾ ਦੇ ਉਹ ਲੋਕ ਨੇ ਜਿਨ੍ਹਾਂ ਨੇ ਸ਼ਮਸ਼ਾਨ ਘਾਟ ਨੂੰ ਜਿੰਦਰਾ ਲਾ ਦਿੱਤਾ ਕਿ ਰਾਗੀ ਜੀ ਦਾ ਸੰਸਕਾਰ ਇੱਥੇ ਨਹੀਂ ਹੋ ਸਕਦਾ ਇਹ ਲੋਕ ਭੁੱਲ ਗਏ ਕਿ ਅਗਰ ਇਹਨਾਂ ਦੇ ਨਗਰ ਵਿੱਚ ਰੱਬ ਨਾ ਕਰੇ ਕੋਈ ਕਰੋਨਾ ਵਾਇਰਸ ਤੋਂ ਪੀੜਤ ਹੋ ਕਰਕੇ ਮਰ ਜਾਵੇ ਤਾਂ ਕੀ ਉਸ ਨੂੰ ਪਿੰਡੋਂ ਬਾਹਰ ਕੱਢ ਦਿਆ ਕਰਨਗੇ ਕਲਗੀ ਤਰਪਾਤਸ਼ਾ ਨੇ ਪਰਸ਼ੀਆਂ ਦੇ ਵਿੱਚ ਜ਼ਫਰਨਾਮੇ ਦੇ ਵਿੱਚ ਇੱਕ ਬੋਲ ਕਿਹਾ ਕਹਿੰਦੇ ਅੱਜ ਜੇ ਦੁੱਖਾਂ ਲੱਦੀ ਕੜੀ ਕਿਸੇ ਦੇ ਘਰ ਵਿੱਚ ਆਈ ਹੈ ਤੇ ਕੱਲ ਨੂੰ ਤੇਰੇ ਤੇ ਵੀ ਆ ਸਕਦੀ ਹੈ ਬਾਬੀ ਗਰਦਸ਼ੇ ਬੇਵਫਾਈ ਜ਼ਮਾ ਕੇ ਬਰਹਰ ਬਗਜ਼ੁਰਦ ਮਾਕੀਨੋ ਮਕਾਂ ਚਾਹੇ ਉਹ ਅੰਮ੍ਰਿਤਸਰ ਦੇ ਦੋ ਸ਼ਮਸ਼ਾਨ ਘਾਟਾਂ ਦੇ ਪ੍ਰਬੰਧਕ ਨੇ ਚਾਹੇ ਪਿੰਡ ਵੇਰਕਾ ਦੇ ਉਹ ਲੋਕ ਨੇ ਜਿਨ੍ਹਾਂ ਨੇ ਸ਼ਮਸ਼ਾਨ ਘਾਟ ਨੂੰ ਤਾਲਾ ਲਾਇਆ ਹੈ ਇਹ ਦੇਖਣ ਨੂੰ ਸਿੱਖ ਲੱਗਦੇ ਨੇ ਪਰ ਸਿੱਖੀ ਸਿਧਾਂਤਾਂ ਤੋਂ ਕੂਹਾਂ ਦੂਰ ਨੇ ਸਿੱਖੀ ਇਨਸਾਨੀਅਤ ਸਿਖਾਉਂਦੀ ਹੈ ਸਿੱਖੀ ਦਇਆ ਸਿਖਾਉਂਦੀ ਹੈ ਸਿੱਖੀ ਲੋੜਵੰਦੀ ਮਦਦ ਕਰਨ ਦਾ ਫਲਸਫਾ ਸਿਖਾਉਂਦੀ ਹੈ ਅਗਰ ਦਇਆ ਨਹੀਂ ਤੇ ਮਹਾਰਾਜ ਕਹਿੰਦੇ ਤੂੰ ਸਿੱਖ ਨਹੀਂ ਹੈ ਧਰਮ ਨਹੀਂ ਹੋ ਸਕਦਾ ਦਇਆ ਨੂੰ ਧਰਮ ਦੀ ਮਾਂ ਕਿਹਾ ਹੈ ਤੌਲ ਧਰਮ ਦਇਆ ਕਾ ਪੂਤ ਤੇ ماں ਹੀ ਪੈਦਾ ਨਹੀਂ ਹੋਈ ਦਇਆ ਹੀ ਪੈਦਾ ਨਹੀਂ ਹੋਈ ਤੇ ਪੁੱਤਰ ਕਿੱਥੋਂ ਪੈਦਾ ਹੋ ਗਿਆ ਜੇ ਤੇਰੇ ਵਿੱਚ ਦਇਆ ਨਹੀਂ ਹੈ ਤੇ ਤੂੰ ਸਿੱਖ ਨਹੀਂ ਅਖਵਾ ਸਕਦਾ ਕਬੀ ਫਾਰਸੀ ਦੇ ਮਹਾਨ ਵਿਦਵਾਨ ਸ਼ੇਖ ਸਾਦੀ ਜੀ ਨੇ ਵੀ ਇਹੀ ਕਿਹਾ ਹੈ ਇਨਸਾਨ ਰਾ ਇਨਸਾਨੀਅਤ ਲਾਸਮਸਤ ਊਦ ਗਰਬੂ ਨਾ ਦਾਰਦ ਹੈ ਸੁਮਸਤ ਅਗਰ ਇਨਸਾਨ ਦੇ ਅੰਦਰ ਇਨਸਾਨੀਅਤ ਨਹੀਂ ਦਇਆ ਨਹੀਂ ਉਸ ਨੂੰ ਇਨਸਾਨ ਨਹੀਂ ਕਿਹਾ ਜਾ ਸਕਦਾ ਜਿਸ ਲੱਕੜ ਵਿੱਚ ਖੁਸ਼ਬੂਈ ਨਾ ਹੋਵੇ ਉਹ ਚੰਦਨ ਨਹੀਂ ਕਹਾਉਂਦੀ ਇਸੇ ਤਰ੍ਹਾਂ ਹੀ ਅਗਰ ਮਨੁੱਖ ਦੇ ਵਿੱਚ ਮਨੁੱਖਤਾ ਨਹੀਂ ਹੈ ਦਇਆ ਨਹੀਂ ਹੈ ਦਰਸ਼ ਨਹੀਂ ਹੈ ਕਿਸੇ ਦਾ ਭਲਾ ਨਹੀਂ ਕਰ ਸਕਦਾ ਤੇ ਉਹ ਇਨਸਾਨ ਨਹੀਂ ਅਖਵਾ ਸਕਦਾ ਉਹ ਪਸ਼ੂ ਹੈ ਔਰ ਗੁਰਬਾਣੀ ਦਾ ਵੀ ਇਹੀ ਫਰਮਾਨ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ ਦੇ ਬਿਲੋਂਗ ਟੂ ਦਾ ਹਿਊਮਨ ਸਪੀਸੀਸ ਪਰ ਦੇ ਐਕਟ ਲਾਈਕ ਐਨੀਮਲਸ ਪੈਦਾਵ ਮਨੁੱਖਤਾ ਵਿੱਚ ਹੋਏ ਨੇ ਪਰ ਕਰਮ ਉਹਨਾਂ ਦੇ ਸਾਰੇ ਪਸ਼ੂਆਂ ਵਾਲੇ ਨੇ ਪਿੰਡ ਵੇਰਕਾ ਵਾਲਿਆਂ ਨੂੰ ਦਾਸ ਬੇਨਤੀ ਕਰਨੀ ਚਾਹੁੰਦਾ ਹੈ ਕਿ ਤੁਹਾਡਾ ਨਗਰ ਉਹ ਪਾਕ ਜਗਾ ਹੈ ਜਿੱਥੇ ਪਰਮਾਤਮਾ ਦੇ ਪਹਿਲੇ ਸਰਗੁਣ ਸਰੂਪ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਗੁਰੂ ਨਾਨਕ ਸਾਹਿਬ ਨੇ ਚਰਨ ਪਾ ਕੇ ਪਵਿੱਤਰ ਕੀਤਾ ਔਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਿਧਾਂਤ ਨੂੰ ਧਿਆਨ ਦੇ ਨਾਲ ਸਮਝੋ ਉਹ ਤੇ ਹੈਂਸਨ ਡਿਜ਼ੀਜ਼ ਦੇ ਭਾਵ ਕੇ ਕੋੜ ਦੇ ਰੋਗੀਆਂ ਨੂੰ ਗੱਲ ਨਾਲ ਲਾਉਂਦੇ ਸਨ ਉਹਨਾਂ ਦਾ ਇਹ ਸੁਭਾਅ ਸੀ ਔਰ ਇਹੀ ਸਿੱਖੀ ਲਈ ਉਪਦੇਸ਼ ਸੀ ਕਿ ਸਦਾ ਦੀਨ ਤੇ ਦਇਆ ਕਰੋ ਸਤਗੁਰ ਮੇਰਾ ਸਦਾ ਦਿਆਲਾ ਮੋਹੇਦੀਨ ਕਉ ਰਾਖ ਲਿਆ ਗੁਰੂ ਸਾਹਿਬ ਤਾਂ ਇਥੋਂ ਤੱਕ ਕਹਿੰਦੇ ਨੇ ਕਿ ਜਿਹੜਾ ਨਾਮ ਜਪਦਾ ਤੇ ਜਪਾਉਂਦਾ ਹੈ ਅਕਾਲ ਪੁਰਖ ਦੀ ਕੀਰਤੀ ਗਾਉਂਦਾ ਹੈ ਉਹਦੇ ਚਰਨਾਂ ਦੀ ਧੂੜੀ ਵੀ ਮਿਲ ਜਾਵੇ ਤਾਂ ਜੀਵਨ ਸਫਲਾ ਹੈ ਜੇ ਨਾਨਕ ਧੂੜ ਮੰਗਾ ਤੇ ਇਸ ਗੁਰਸਿੱਖ ਕੀ ਜੋ ਆਪ ਜਪੇ ਉਹ ਰਹਾ ਨਾਮ ਦਾਸ ਮਹਾਰਾਜ ਜੀ ਦੇ ਕਰਦੇ ਜਿਸ ਕੀਰਤਨੀਆਂ ਨੇ ਨਾਮ ਜਪਿਆ ਤੇ ਜਪਾਇਆ ਉਹਦੇ ਚਰਨਾਂ ਦੀ ਧੂੜੀ ਮਸਤਕ ਨੂੰ ਲਾਉਣ ਦੀ ਬਜਾਏ ਤੁਸੀਂ ਲੋਕਾਂ ਨੇ ਉਸ ਨੂੰ ਪਿੱਠ ਦਿਖਾਈ ਰੋਦਾ ਅੰਤਮ ਸੰਸਕਾਰ ਕਰਨ ਤੋਂ ਜਵਾਬ ਦੇ ਦਿੱਤਾ ਸੋ ਇਹ ਜਾਣੇ ਅਣਜਾਣੇ ਦੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਗਿਆ ਕਿਸ ਤੋਂ ਵੱਧ ਇਨਸਾਨ ਵਿੱਚ ਨਿਹਾਰ ਕਿਧਰੇ ਵੀ ਨਹੀਂ ਦੇਖਿਆ ਗਿਆ ਖੈਰ ਵਾਹਿਗੁਰੂ ਇਹਨਾਂ ਲੋਕਾਂ ਨੂੰ ਸਮਤ ਬਖਸ਼ੇ ਦੇਖੋ ਦੁਨੀਆ ਵਿੱਚ ਦੋ ਪੱਖ ਹੁੰਦੇ ਨੇ ਇੱਕ ਚੰਗੀ ਕਰਨੀ ਵਾਲੇ ਲੋਕ ਨੇ ਇੱਕ ਮੰਦੀ ਕਰਨੀ ਵਾਲੇ ਮੰਦੀ ਕਰਨੀ ਵਾਲੇ ਲੋਕਾਂ ਨੇ ਤਿੰਨ ਸ਼ਮਸ਼ਾਨ ਘਾਟਾਂ ਦੇ ਵਿੱਚ ਰਾਗੀ ਜੀ ਦੇ ਮ੍ਰਿਤਕ ਸਰੀਰ ਦਾ ਸੰਸਕਾਰ ਨਹੀਂ ਕਰਨ ਦਿੱਤਾ ਔਰ ਪ੍ਰਸ਼ਾਸਨ ਦੇ ਲੋਕਾਂ ਨੇ ਵੀ ਨਲਾਇਕੀ ਵਰਤੀ ਦੂਸਰੇ ਪੱਖ ਦੇ ਵਿੱਚ ਜਿਹੜੇ ਚੰਗੀ ਕਰਨੀ ਵਾਲੇ ਲੋਕ ਨੇ ਉਹਨਾਂ ਦੀ ਵੀ ਕੋਈ ਥੋੜ੍ਹ ਨਹੀਂ ਹੈ ਉਹਨਾਂ ਸਿੱਖ ਵੀਰਾਂ ਨੇ ਆਪਣੀਆਂ ਜ਼ਮੀਨਾਂ ਦੀ ਪੇਸ਼ਕਸ਼ ਕਰ ਦਿੱਤੀ ਸੀ ਕਿ ਉੱਥੇ ਰਾਗੀ ਜੀ ਦਾ ਸੰਸਕਾਰ ਕੀਤਾ ਸਿੱਖ ਪੰਥ ਦੀ ਸਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਗੁਰਦੁਆਰਾ ਸਤਲਾਣੀ ਸਾਹਿਬ ਵਿਖੇ ਸੰਸਕਾਰ ਕਰਨ ਦੇ ਲਈ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਸੀ ਪਰ ਪ੍ਰਸ਼ਾਸਨ ਨੂੰ ਜੋ ਠੀਕ ਲੱਗਿਆ ਉਹਨਾਂ ਨੇ ਉਹ ਕੀਤਾ ਹੈ ਉਹਨਾਂ ਕਿਸੇ ਦੀ ਸੁਣਵਾਈ ਨਹੀਂ ਕੀਤੀ। ਅਖੀਰ ਸ਼੍ਰੀ ਅਮਰitsar ਸਾਹਿਬ ਜੀ ਤੋਂ ਜੋ ਜੰਮੂ ਨੂੰ ਹਾਈਵੇ ਜਾਂਦਾ ਹੈ ਉਸ ਉੱਤੇ ਪਿੰਡ ਵੇਰਕਾ ਤੋਂ ਤਕਰੀਬਨ ਡੇਢ ਕਿਲੋਮੀਟਰ ਅੱਗੇ ਇਸੇ ਹੀ ਪਿੰਡ ਦੇ ਵਸਨੀਕ ਨੇ ਜਗ੍ਹਾ ਦਿੱਤੀ ਜਿੱਥੇ 2 April 2020 ਨੂੰ ਪ੍ਰਸ਼ਾਸਨ ਵੱਲੋਂ ਭਾਈ ਨਿਰਮਲ ਸਿੰਘ ਜੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਫਕੀਰ ਵਿੱਚ ਸਮੂਹ ਸੰਗਤ ਨੂੰ ਬੇਨਤੀ ਕਰਦਾ ਹੈ ਕਿ ਰਾਗੀ ਭਾਈ ਨਿਰਮਲ ਸਿੰਘ ਜੀ ਦੇ ਮ੍ਰਿਤਕ ਸ਼ਰੀਰ ਦੀ ਜੋ ਨਿਰਾਦਰੀ ਹੋਈ ਹੈ ਉਸ ਨੂੰ ਯਾਦ ਕਰਕੇ ਟੈਂਦੀ ਕਲਾ ਵਿੱਚ ਨਹੀਂ ਜਾਣਾ। ਸਦਾ ਚੜ੍ਹਦੀ ਕਲਾ ਦੇ ਵਿੱਚ ਰਹੋ। ਆਪਣਾ ਇਤਿਹਾਸ ਪੜੋ। ਇੱਥੋਂ ਤੱਕ ਜਿਹੜੇ ਸ਼ਹੀਦ ਸਿੰਘ ਦੀਨ ਦੀ ਖਾਤਰ ਧਰਮ ਦੀ ਖਾਤਰ ਆਪਾ ਵਾਰ ਦੇ ਸਨ ਸਰਕਾਰਾਂ ਵੱਲੋਂ ਉਹਨਾਂ ਦੇ ਸ਼ਰੀਰ ਦੀ ਵੀ ਨਰਾਦਰੀ ਕਰ ਦਿੱਤੀ ਜਾਂਦੀ ਸੀ ਕਦੇ ਨਹਿਰਾਂ ਵਿੱਚ ਰੋੜ ਦੇਣਾ ਕਦੇ ਦਰਿਆਵਾਂ ਵਿੱਚ ਰੋੜ ਦੇਣਾ ਕਦੇ ਮਾਰੂਥਲਾਂ ਦੇ ਵਿੱਚ ਖਪਾ ਦੇਣਾ ਸੋ ਸ਼ਰੀਰ ਚਾਹੇ ਸ਼ਹੀਦ ਦਾ ਹੈ ਸੰਤ ਦਾ ਹੈ ਮਨਮੁਖ ਦਾ ਹੈ ਨਾਸਤਕ ਦਾ ਹੈ ਸਾਕਤ ਦਾ ਹੈ ਸ਼ਰੀਰ ਮਿੱਟੀ ਹੈ ਅਸਲ ਦੇ ਵਿੱਚ ਜਨਮ ਤੋਂ ਲੈ ਕੇ ਮਰਨ ਦੇ ਦਰਮਿਆਨ ਜੋ ਇਨਸਾਨ ਕਦਮ ਪੁੱਟਦਾ ਹੈ ਉਹਦਾ ਕਰਕੇ ਹੀ ਉਸ ਦੀ ਵਡਿਆਈ ਹੈ ਉਹਦਾ ਕਰਕੇ ਹੀ ਉਸ ਨੂੰ ਲਾਹਨਤਾਂ ਨੇ ਔਰ ਜਿਉਂਦੇ ਜੀ ਰਾਗੀ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰ ਉੱਪਰ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਗੁਰੂ ਸਾਹਿਬ ਅਕਾਲ ਪੁਰਖ ਦੀ ਬੇਅੰਤ ਕੀਰਤੀ ਗਾਈ ਜਿਸ ਕਰਕੇ ਸੰਗਤਾਂ ਉਹਨਾਂ ਦੇ ਨਾਲ ਪ੍ਰੇਮ ਕਰਦੀਆਂ ਸਨ ਉਹਨਾਂ ਦਾ ਨਾਮ ਸਦੀਵੀ ਅਮਰ ਰਹੇਗਾ ਅਕਾਲ ਪੁਰਖ ਦੀ ਵਡਿਆਈ ਕਰਨ ਵਾਲਿਆਂ ਦੀ ਵਡਿਆਈ ਬਾਦਸ਼ਾਹਾਂ ਨਾਲੋਂ ਵੀ ਵੱਧ ਕੇ ਹੁੰਦੀ ਹੈ ਗੁਰੂ ਸਾਹਿਬ ਦਾ ਫਰਮਾਨ ਹੈ ਜਿਸ ਨੂੰ ਬਖਸ਼ੇ ਸਿਵਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹਾ ਚੜ੍ਹਦੀ ਕਲਾ ਦੇ ਵਿੱਚ ਰਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ